ਜੋ ਕਿਸਾਨਾਂ ਦੇ ਪ੍ਰਤੀ ਕਾਲੇ ਕਾਨੂੰਨ ਕਿਸਾਨੀ ਨੂੰ ਖਤਮ ਕਰਨ ਦੀ ਨੀਅਤ ਦੇ ਨਾਲ ਬੀਜੇਪੀ ਅਤੇ ਅਕਾਲੀ ਸਰਕਾਰ ਵੱਲੋਂ ਬਣਾਏ ਗਏ ਸੀ। ਲੰਬਾ ਸੰਘਰਸ਼ ਚੱਲਿਆ, ਬਹੁਤ ਜਾਨਾਂ ਗੁਆ ਬੈਠੇ ਹੈ, ਬਹੁਤ ਆਰਥਿਕ ਨੁਕਸਾਨ ਹੋ ਗਿਆ, ਪੰਜਾਬ ਦਾ ਬੜਾ ਨੁਕਸਾਨ ਹੋਇਆ, ਲੇਕਿਨ ਸੰਯੁਕਤ ਮੋਰਚੇ ਕਿਸਾਨ ਖੇਤ ਮਜ਼ੂਰ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਸੰਯੁਕਤ ਮੋਰਚਾ ਫਤਿਹ ਕਰਕੇ ਅੱਜ ਵਾਪਸ ਆ ਰਿਹਾ, ਇਹ ਕਾਨੂੰਨ ਵਾਪਸ ਹੋ ਗਏ ਹੈ। ਸੋ ਮੈਂ ਸਾਰੇ ਸੰਯੁਕਤ ਮੋਰਚੇ ਦੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਇਸ ਜਿੱਤ ਦੀ ਵਧਾਈ ਦੇਣਾ ਅਤੇ ਪੰਜਾਬ ਸਰਕਾਰ ਵੱਲੋਂ ਅਸੀਂ ਉਹਨਾਂ ਦੇ ਸਵਾਗਤ ਦੇ ਵਿੱਚ ਸਵਾਗਤੀ ਗੇਟ ਥਾਂ ਥਾਂ 'ਤੇ ਲਗਾ ਰਹੇ। ਅਸੀਂ ਕਿਸਾਨ ਮੋਰਚੇ ਦਾ ਸਵਾਗਤ ਕਰਦੇ ਹਾਂ ਵਾਪਸ ਇਸ ਫਤਿਹ ਮਿਸ਼ਨ ਨੂੰ ਪੂਰਾ ਕਰਕੇ ਜਿਹੜਾ ਉਹ ਆਏ ਹੈ, ਅਤੇ ਸ਼ੁਭਕਾਮਨਾਵਾਂ ਦਿੰਦਾ ਕਿ ਅੱਗੇ ਨੂੰ ਕੋਈ ਵੀ ਭੀੜ ਪੈਂਦੀ ਹੈ ਤਾਂ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੇਤ ਮਜ਼ਦੂਰ ਦੇ ਨਾਲ ਖੜ੍ਹੀ ਹੈ। ਧੰਨਵਾਦ।